ਭਾਈ ਕਾਨ ਸਿੰਘ ਜੀ ਨਾਭਾ ਕਵੀ ਸਾਹਿਤਕਾਰ ਅਤੇ ਲਿਖਾਰੀ ਕੌਮ ਦਾ ਸਰਮਾਇਆ ਹੁੰਦੇ ਹਨ। ਸਾਹਿਤ ਅਤੇ ਇਤਿਹਾਸ ਕੌਮ ਦੀ ਉੱਨਤੀ ਵਿੱਚ ਜੋ ਹਿੱਸਾ ਪਾਉਂਦਾ ਹੈ ਉਸ ਦਾ ਪਤਾ ਸਾਨੂੰ ਪ੍ਰਸਿੱਧ ਪੁਸਤਕਾਂ ਅਤੇ ਉਹਨਾਂ ਦੇ ਸਿਰਜਣਹਾਰ ਲਿਖਾਰੀਆਂ ਦੇ ਜੀਵਨ ਵਿੱਚੋਂ ਮਿਲਦਾ ਹੈ। ਭਾਈ ਕਾਨ ਸਿੰਘ ਜੀ ਦਾ ਜਨਮ ਅਗਸਤ 1861 ਈਸਵੀ ਨੂੰ ਪਿੰਡ ਸਬਜ ਬਨੇਰਾ ਰਿਆਸਤ ਪਟਿਆਲਾ ਵਿੱਚ ਹੋਇਆ। ਇਹਨਾਂ ਦੇ ਪਿਤਾ ਭਾਈ ਨਰਾਇਣ ਸਿੰਘ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਅਤੇ ਆਪ ਜੀ ਦੇ ਮਾਤਾ ਹਰ ਕੌਰ ਜੀ ਸਨ। ਭਾਈ ਨਰਾਇਣ ਸਿੰਘ ਜੀ ਗੁਰੂ ਪਿਆਰ ਵਾਲੇ, ਜਿਨ੍ਹਾਂ ਨੇ ਕਿ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਕੀਤਾ ਸੀ, ਜਿਸ ਦੇ ਚਾਰ ਪਾਠ ਉਹ ਹਰੇਕ ਮਹੀਨੇ ਕਰਦੇ ਸਨ। ਭਾਈ ਕਾਨ ਸਿੰਘ ਜੀ ਜਦ ਵੱਡੇ ਹੋਏ ਤਾਂ ਭਾਈ ਭੂਪ ਸਿੰਘ ਦੇ ਜਥੇ ਤੋਂ, ਜੋ ਬੜੇ ਵਿਦਵਾਨ ਅਤੇ ਸਮਝ ਸੂਝ ਵਾਲੇ ਸਨ, ਇਹਨਾਂ ਨੂੰ ਅਮਰ ਛਕਾਇਆ ਅਤੇ ਗੁਰਮੁਖੀ ਪੜ੍ਹਾਉਣੀ ਸ਼ੁਰੂ ਕੀਤੀ। ਭਾਈ ਕਾਨ ਸਿੰਘ ਜੀ ਦੇ ਦੋ ਛੋਟੇ ਭਰਾ ਭਾਈ ਮੀਹਾਂ ਸਿੰਘ ਅਤੇ ਭਾਈ ਬਿਸ਼ਨ ਸਿੰਘ ਸਨ। ਆਪ ਜੀ ਦੀ ਇੱਕ ਭੈਣ ਬੀਬੀ ਕਾਨ ਕੌਰ, ਜੋ ਸੰਨ 1867 ਵਿੱਚ ਜਨਮੀ ਅਤੇ ਛੋਟੀ ਉਮਰ ਵਿੱਚ ਹੀ ਗੁਜ਼ਰ ਗਈ। ਮਾਤਾ ਪਿਤਾ ਦੀ ਭਾਈ ਸਾਹਿਬ ਜੀ ਨਾਲ ਬਹੁਤ ਸਨੇਹ ਭਾਵਨਾ ਸੀ। ਜਦ ਭਾਈ ਕਾਨ ਸਿੰਘ ਜੀ 5 ਸਾਲ ਦੇ ਹੋਏ ਤਾਂ ਪਿਤਾ ਨਰਾਇਣ ਸਿੰਘ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ। ਜਦ ਭਾਈ ਕਾਨ ਸਿੰਘ ਜੀ 20 ਸਾਲ ਦੇ ਹੋਏ ਤਾਂ ਇਹਨਾਂ ਦੇ ਸ਼ੌਂਕ ਨੂੰ ਉਤਸ਼ਾਹ ਦਿੰਦਿਆਂ ਇਹਨਾਂ ਦੇ ਕਵਿਤਾ ਅਤੇ ਸਾਹਿਤ ਦੇ ਉਸਤਾਦ ਭਾਈ ਭਗਵਾਨ ਸਿੰਘ ਦੁੱਗ ਤੋਂ ਇਹਨਾਂ ਨੂੰ ਫਾਰਸੀ ਸ਼ੁਰੂ ਕਰਵਾ ਦਿੱਤੀ। ਇਸ 'ਤੇ ਕਈ ਪੁਰਾਤਨ ਖਿਆਲਾਂ ਦੇ ਸਿੱਖ ਬੜੇ ਨਾਰਾਜ਼ ਹੋਏ ਅਤੇ ਆਪ ਜੀ ਨੂੰ ਫਾਰਸੀ ਪੜ੍ਹਨੋਂ ਹਟਾ ਲਿਆ ਗਿਆ। ਇੱਕ ਦਿਨ ਆਪ ਚੁੱਪ ਚਪੀਤੇ ਘਰੋਂ ਨਿਕਲ ਪਏ ਅਤੇ ਦਿੱਲੀ ਜਾ ਕੇ ਫਾਰਸੀ ਪੜ੍ਹਨ ਲੱਗ ਪਏ। ਸੰਨ 1883 ਈਸਵੀ ਵਿੱਚ ਉੱਥੋਂ ਲਾਹੌਰ ਪਹੁੰਚੇ ਅਤੇ ਭਾਈ ਸੰਤ ਸਿੰਘ ਗਿਆਨੀ ਡੇਰਾ ਸਾਹਿਬ ਵਾਲਿਆਂ ਤੋਂ ਸਿੱਖ ਸਾਹਿਤ ਨਾਲ ਸੰਬੰਧ ਰੱਖਣ ਵਾਲੀਆਂ ਅਨੇਕਾਂ ਪੁਸਤਕਾਂ ਪੜ੍ਹੀਆਂ। ਇਸ ਤਰ੍ਹਾਂ ਆਪ ਨੇ ਛੇਤੀ ਹੀ ਸਿੱਖ ਸਾਹਿਤ ਦਾ ਚੰਗਾ ਗੰਭੀਰ ਅਧਿਐਨ ਕਰ ਲਿਆ। ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਚਾਰਕਾਂ ਵਿੱਚੋਂ ਵਧੇਰੇ ਜ਼ਿੰਮੇਵਾਰ ਅਤੇ ਅਗਾਂਹ ਵਧੂ ਭਾਈ ਗੁਰਮੁਖ ਸਿੰਘ, ਜੋ ਕਿ ਲਾਹੌਰ ਦੇ ਓਰੀਐਂਟਲ ਕਾਲਜ ਵਿੱਚ ਪ੍ਰੋਫੈਸਰ ਸਨ, ਨੂੰ ਭਾਈ ਕਾਨ ਸਿੰਘ ਜੀ, ਜੋ ਅਜਿਹੇ ਸਾਹਿਤਕ ਕੰਮਾਂ ਲਈ ਯੋਗਤਾ ਪ੍ਰਾਪਤ ਕਰਕੇ ਪਹਿਲਾਂ ਹੀ ਦਿਲਚਸਪੀ ਰੱਖਦੇ ਸਨ, ਬੜੇ ਮਨ ਭਾਉਂਦੇ ਲੱਗੇ। ਲਾਹੌਰ ਆਪ 2 ਕੁ ਸਾਲ ਠਹਿਰੇ ਅਤੇ ਫਿਰ ਨਾਭੇ ਆ ਗਏ। ਮਾਤਾ ਪਿਤਾ ਦਾ ਖਿਆਲ ਇਹਨਾਂ ਦੇ ਵਿਆਹ ਵੱਲ ਗਿਆ, ਜਿਸ ਕਰਕੇ ਇਹਨਾਂ ਦੀ ਪਹਿਲੀ ਸ਼ਾਦੀ ਪਿੰਡ ਧੁਰੇ ਰਿਆਸਤ ਪਟਿਆਲਾ ਵਿੱਚ ਅਤੇ ਦੂਜੀ ਸ਼ਾਦੀ ਮੁਕਤਸਰ ਹੋਈ। ਦੋਵੇਂ ਸੁਪਤਨੀਆਂ ਦੇ ਗੁਜ਼ਰਨ ਮਗਰੋਂ ਤੀਜੀ ਸ਼ਾਦੀ ਪਿੰਡ ਰਾਮਗੜ੍ਹ ਪਟਿਆਲਾ ਵਿੱਚ ਸਰਦਾਰ ਹਰਭਜਨ ਸਿੰਘ ਦੀ ਸਪੁੱਤਰੀ ਬਸੰਤ ਕੌਰ ਜੀ ਨਾਲ ਹੋਈ, ਜਿਨ੍ਹਾਂ ਦੀ ਕੁੱਖੋਂ ਭਾਈ ਭਗਵੰਤ ਸਿੰਘ ਹਰੀ ਜੀ ਦਾ ਜਨਮ ਸੰਨ 1892 ਵਿੱਚ ਹੋਇਆ। ਭਾਈ ਕਾਨ ਸਿੰਘ ਜੀ ਨੂੰ ਸੰਨ 1887 ਵਿੱਚ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਜੀ ਨੇ ਆਪਣੇ ਸਪੁੱਤਰ ਟਿੱਕਾ ਰੁਪਦੁੰਮਨ ਸਿੰਘ ਦੇ ਉਸਤਾਦ ਨਿਯੁਕਤ ਕੀਤਾ। ਨਤੀਜਾ ਇਸ ਪੜ੍ਹਾਈ ਦਾ ਬੜਾ ਚੰਗਾ ਨਿਕਲਿਆ ਅਤੇ ਟਿੱਕਾ ਜੀ ਥੋੜ੍ਹੇ ਚਿਰ ਵਿੱਚ ਹੀ ਗੁਰਮਤ ਦੇ ਅਤੇ ਹੋਰ ਭਾਰਤੀ ਮਤਾਂ ਦੇ ਚੰਗੇ ਜਾਣੂ ਹੋ ਗਏ ਅਤੇ ਭਾਈ ਸਾਹਿਬ ਤੋਂ ਕਾਵਿਕ, ਸਾਹਿਤਕ ਅਤੇ ਵੇਦਾਂਤ ਦੇ ਗ੍ਰੰਥ ਵੀ ਪੜ੍ਹ ਲਏ। ਇਸ ਤੋਂ ਖੁਸ਼ ਹੋ ਕੇ 1893 ਈਸਵੀ ਵਿੱਚ ਮਹਾਰਾਜਾ ਸਾਹਿਬ ਨੇ ਆਪਣੇ ਪ੍ਰਾਈਵੇਟ ਸਕੱਤਰ ਮੁਕਰਰ ਕੀਤਾ। ਇਸ ਤੋਂ ਥੋੜ੍ਹਾ ਹੀ ਸਮਾਂ ਪਿੱਛੋਂ ਭਾਈ ਸਾਹਿਬ ਨੂੰ ਸਿਟੀ ਮੈਜਿਸਟਰੇਟ ਡਿਪਟੀ ਕਮਿਸ਼ਨਰ ਥਾਪ ਦਿੱਤਾ। ਮਹਾਰਾਜਾ ਸਾਹਿਬ ਨੂੰ ਰਾਜ ਪ੍ਰਬੰਧ ਬਾਰੇ ਦੱਸੀਆਂ ਤਜਵੀਜ਼ਾਂ 'ਤੇ ਸਮੇਂ ਸਮੇਂ ਸਿਰ ਵਰਤੋਂ ਹੁੰਦੀ ਰਹੀ। ਸੰਨ 1902 ਵਿੱਚ ਆਪ ਜੀ ਨੂੰ ਅੰਗਰੇਜ਼ ਸਰਕਾਰ ਕੋਲ ਵਕੀਲ ਬਣਾ ਕੇ ਭੇਜਿਆ ਗਿਆ। ਇਸ ਸਮੇਂ ਅੰਗਰੇਜ਼ੀ ਸਰਕਾਰ ਨਾਲ ਨਾਭਾ ਰਿਆਸਤ ਦੇ 2 ਝਗੜੇ ਸਨ। ਪਹਿਲਾ ਸ਼ਾਹੀ ਦਰਬਾਰ ਵਿੱਚ ਮਹਾਰਾਜਾ ਨਾਭਾ ਦੀ ਨਿਯੁਕਤੀ ਦਾ ਸਵਾਲ ਅਤੇ ਦੂਜਾ ਪਰਗਨਾ, ਪੱਖੋਵਾਲ ਅਤੇ ਦਹੇੜੂ, ਜੋ ਸੰਨ 1845-46 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਸਮੇਂ ਜ਼ਬਤ ਹੋਏ ਸਨ, ਵਾਪਸੀ ਦਾ ਝਗੜਾ। ਆਪ ਜੀ ਨੇ ਇਹ ਡਿਊਟੀ ਇੰਨੀ ਯੋਗਤਾ ਨਾਲ ਨਿਭਾਈ ਕਿ ਏਜੰਟ ਕਰਨਲ ਡਨਲਪ ਸਮਿਥ ਨੇ ਮਹਾਰਾਜਾ ਸਾਹਿਬ ਨੂੰ ਇਹ ਲਫ਼ਜ਼ ਲਿਖੇ, ਮੇਰੀ ਨਗਾਹ ਵਿੱਚ ਸਰਦਾਰ ਕਾਨ ਸਿੰਘ ਦੀ ਬਹੁਤ ਇੱਜ਼ਤ ਹੈ, ਮੈਨੂੰ ਫੁਲਕੀਆ ਰਾਸਤਾਂ ਵਿੱਚ ਅਜਿਹਾ ਕੋਈ ਅਫਸਰ ਨਹੀਂ ਮਿਲਿਆ ਜੋ ਆਪਣੇ ਮਹਾਰਾਜਾ ਅਤੇ ਉਸ ਦੀ ਰਿਆਸਤ ਦੇ ਕੰਮ ਨੂੰ ਇੰਨੀ ਇਮਾਨਦਾਰੀ ਨਾਲ ਕਰਦਾ ਹੋਵੇ। ਇਸ ਮੁਕੱਦਮੇ ਦੀ ਪੈਰਵਾਈ ਕਰਨ ਲਈ ਆਪ ਜੀ ਨੂੰ 3 ਵਾਰ ਵਿਲਾਇਤ ਜਾਣਾ ਪਿਆ। ਪਹਿਲੀ ਵਾਰ ਸੰਨ 1907 ਵਿੱਚ, ਦੂਜੀ ਵਾਰ ਸੰਨ 1908 ਵਿੱਚ ਅਤੇ ਤੀਜੀ ਵਾਰ 1910 ਵਿੱਚ ਲੰਡਨ ਗਏ। ਇਸ ਪਿਛਲੀ ਵਿਲਾਇਤ ਯਾਤਰਾ ਵਿੱਚ ਭਾਈ ਸਾਹਿਬ ਜੀ ਦੇ ਨਾਲ ਟਿੱਕਾ ਰੁਪਦੁੰਮਨ ਸਿੰਘ ਜੀ ਵੀ ਸਨ। ਇਹਨਾਂ ਫੇਰੀਆਂ ਵਿੱਚ ਜੋ ਕੰਮ ਫਤਿਹ ਹੋਏ, ਪਹਿਲਾ ਕਿ ਰਿਆਸਤ ਨਾਭਾ ਦੀ ਅਪੀਲ ਦਾ ਫੈਸਲਾ ਹੋਣ 'ਤੇ ਹੁਕਮ ਹੋਇਆ ਕਿ ਪਰਗਨਾ, ਦਹੇੜੂ ਅਤੇ ਪੱਖੋਵਾਲ ਦੇ ਬਦਲੇ 27,766 ਰੁਪਏ ਸਾਲਾਨਾ ਆਮਦਨ ਦਾ ਇਲਾਕਾ ਇਸ ਰਿਆਸਤ ਨੂੰ ਬਾਹਰ
ਮੌਜੂਦਾ ਪਾਕਿਸਤਾਨ ਵਿੱਚ ਦਿੱਤਾ ਜਾਵੇ। ਦੂਜਾ ਮਿਸਟਰ ਐਮ.ਏ. ਮਕਾਲਫ ਦੀ ਸਿੱਖ ਧਰਮਨਾਮੀ ਪੁਸਤਕ, ਜੋ ਉਸਨੇ ਭਾਈ ਸਾਹਿਬ ਦੀ ਸਹਾਇਤਾ ਲੈ ਕੇ ਕਈ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤੀ ਸੀ, ਆਕਸਫੋਰਡ ਯੂਨੀਵਰਸਿਟੀ ਵੱਲੋਂ ਛਪ ਕੇ ਪ੍ਰਕਾਸ਼ਿਤ ਹੋਈ। ਮਹਾਰਾਜਾ ਹੀਰਾ ਸਿੰਘ ਜੀ ਨਾਭਾ 25 ਦਸੰਬਰ 1911 ਨੂੰ ਚੜ੍ਹਾਈ ਕਰ ਗਏ। ਇਸ ਤੋਂ ਪਹਿਲਾਂ ਉਹਨਾਂ ਨੇ ਭਾਈ ਸਾਹਿਬ ਨੂੰ ਮੀਰ ਮੁਨਸ਼ੀ ਥਾਪ ਦਿੱਤਾ ਸੀ। ਟਿੱਕਾ ਰੂਪਦੁਮਨ ਸਿੰਘ ਉਸ ਸਮੇਂ ਇੰਗਲੈਂਡ ਵਿੱਚ ਸਨ ਅਤੇ ਸੰਨ 1912 ਵਿੱਚ ਵਾਪਸ ਆਏ। ਮਹਾਰਾਜਾ ਰੂਪਦੁਮਨ ਸਿੰਘ ਸਮੇਂ ਮੁਤਾਬਕ ਬਹੁਤ ਅਗਾਂਹ ਵਧੂ ਅਤੇ ਆਜ਼ਾਦੀ ਪਸੰਦ ਸਨ। ਇਸ 'ਤੇ ਅੰਗਰੇਜ਼ੀ ਸਰਕਾਰ ਦੀ ਨਾਰਾਜ਼ਗੀ ਅਤੇ ਹੋਰ ਰਾਜਸ਼ਾਹੀ ਔਕੜਾਂ ਮੂੰਹ ਦਿਖਾਉਣ ਲੱਗੀਆਂ। 1912 ਵਿੱਚ ਹੀ ਰਿਆਸਤ ਨਾਭਾ ਦੀ ਨੌਕਰੀ ਛੱਡ ਕੇ ਭਾਈ ਸਾਹਿਬ ਨੇ ਕਸ਼ਮੀਰ ਜਾ ਕੇ ਸਿੱਖ ਸਾਹਿਤ ਦੇ ਆਧਾਰ 'ਤੇ ਗੁਰਸ਼ਬਦ ਰਤਨਾਗਰ ਮਹਾਨ ਕੋਸ਼ ਲਿਖਣਾ ਸ਼ੁਰੂ ਕੀਤਾ। ਸੰਨ 1915 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪ ਨੂੰ ਪੋਲੀਟੀਕਲ ਏਜੰਸੀ ਦੀ ਵਕਾਲਤ ਦਾ ਅਹੁਦਾ ਪੇਸ਼ ਕਰ ਦਿੱਤਾ, ਜਿਸ 'ਤੇ ਆਪ ਕਈ ਸਾਲ ਪਹਿਲਾਂ ਰਿਆਸਤ ਨਾਭਾ ਵੱਲੋਂ ਕੰਮ ਕਰ ਚੁੱਕੇ ਸਨ। ਮਾਲੀ ਮੁਸ਼ਕਲਾਂ ਕਾਰਨ ਆਪ ਨੇ ਕਸ਼ਮੀਰ ਤੋਂ ਵਾਪਸ ਪਟਿਆਲੇ ਆ ਕੇ ਮਜ਼ਬੂਰ ਹੋਣ 'ਤੇ ਨੌਕਰੀ ਕਰ ਲਈ। ਸੰਨ 1916 ਵਿੱਚ ਆਪ ਜੀ ਦੇ ਪਿਤਾ ਭਾਈ ਨਾਰਾਇਣ ਸਿੰਘ ਜੀ, ਜੋ ਕਾਫ਼ੀ ਬਿਰਧ ਸਨ, ਅਚਾਨਕ ਬਿਮਾਰ ਹੋ ਕੇ ਚਲਾਣਾ ਕਰ ਗਏ। ਸੰਨ 1917 ਨੂੰ ਮਹਾਰਾਜਾ ਪਟਿਆਲਾ ਅਤੇ ਨਾਭਾ ਦੇ ਵਿੱਚ ਕੁਝ ਜਾਤੀ ਰੰਸ਼ਾਂ ਕਾਰਨ ਝਗੜਾ ਪੈਦਾ ਹੋ ਗਿਆ। ਭਾਈ ਅਰਜਨ ਸਿੰਘ ਬਾਗੜੀਆਂ ਦੇ ਜ਼ੋਰ ਦੇਣ 'ਤੇ 28 ਅਗਸਤ 1917 ਨੂੰ ਇਸ ਸੰਬੰਧ ਵਿੱਚ ਸ਼ਿਮਲੇ ਇਹਨਾਂ ਦੋਹਾਂ ਮਹਾਰਾਜਿਆਂ ਦੀ ਇਕੱਤਰਤਾ ਹੋਈ, ਜਿਸ ਵਿੱਚ ਮਹਾਰਾਜਾ ਨਾਭਾ ਦੀ ਇੱਛਾ ਪ੍ਰਗਟ ਕਰਨ 'ਤੇ ਭਾਈ ਕਾਨ ਸਿੰਘ ਅਤੇ ਭਾਈ ਬਖਸ਼ੀਸ਼ ਸਿੰਘ, ਜੋ ਪਹਿਲਾਂ ਰਿਆਸਤ ਨਾਭਾ ਦੇ ਅਹਿਲਕਾਰ ਸਨ, ਮਹਾਰਾਜਾ ਨਾਭਾ ਨੂੰ ਵਾਪਸ ਮੋੜੇ ਗਏ ਅਤੇ ਹੋਰ ਦਫੇੜਾਂ ਦਾ ਵੀ ਪਰਸਪਰ ਸਮਝੌਤਾ ਕਰਵਾਇਆ ਗਿਆ। ਮਹਾਰਾਜਾ ਨਾਭਾ ਨੇ ਨਾਭੇ ਪਹੁੰਚਣ 'ਤੇ ਆਪ ਨੂੰ ਸਾਹਿਤਕ ਕੰਮਾਂ ਵਾਸਤੇ ਮਸੂਰੀ ਵਿੱਚ ਇੱਕ ਆਲੀਸ਼ਾਨ ਕੋਠੀ ਖਰੀਦ ਕੇ ਦਿੱਤੀ ਅਤੇ ਆਪਣਾ ਖਾਸ ਵਜ਼ੀਰ ਨਿਯੁਕਤ ਕੀਤਾ ਅਤੇ ਨਾਲ ਹੀ ਨਾਭੇ ਦੀ ਜੁਡੀਸ਼ੀਅਲ ਕੌਂਸਲ ਦੇ ਮੈਂਬਰ ਵੀ ਨਿਯੁਕਤ ਹੋਏ। ਸੰਨ 1917 ਵਿੱਚ ਫਿਰ ਪਟਿਆਲੇ ਅਤੇ ਨਾਭੇ ਦੇ ਮਹਾਰਾਜਿਆਂ ਦਾ ਪੁਰਾਣਾ ਝਗੜਾ ਨਵੀਂ ਸ਼ਕਲ ਅਖਤਿਆਰ ਕਰਕੇ ਉੱਠ ਖੜਾ ਹੋਇਆ, ਜੋ ਆਖਰ ਅੰਗਰੇਜ਼ੀ ਸਰਕਾਰ ਪਾਸ ਗਿਆ, ਜਿਸ ਦੇ ਨਤੀਜੇ ਵਜੋਂ 9 ਜੁਲਾਈ 1923 ਨੂੰ ਮਹਾਰਾਜਾ ਰੂਪਦੁਮਨ ਸਿੰਘ ਰਾਜ ਗੱਦੀ ਤੋਂ ਬਰਤਰਫ ਕਰਕੇ ਦੇਹਰਾਦੂਨ ਅਤੇ ਫਿਰ ਕੰਡਾਲੀ ਕਨਾਲ ਮਦਰਾਸ ਭੇਜੇ ਗਏ। ਜਲਾਵਤਨੀ ਦੀ ਹਾਲਤ ਵਿੱਚ ਹੀ ਸੰਨ 1973 ਵਿੱਚ ਉਹ ਗੁਰਪੁਰੀ ਸਿਧਾਰ ਗਏ। ਭਾਈ ਕਾਨ ਸਿੰਘ ਨਾਭਾ ਰਾਜਾ ਸਾਹਿਬ ਦੀ ਬਰਤਰਫੀ ਉਪਰੰਤ ਹਮੇਸ਼ਾ ਲਈ ਰਿਆਸਤ ਨਾਭਾ ਦੀ ਮੁਲਾਜ਼ਮ ਤੋਂ ਅਲੱਗ ਹੋ ਗਏ। ਸਾਹਿਤਕ ਕੰਮ ਭਾਈ ਕਾਨ ਸਿੰਘ ਦੇ ਸਾਹਿਤਕ ਕੰਮਾਂ ਦੀ ਤੋਰ ਵੀ ਅਸਲ ਵਿੱਚ ਸਿੰਘ ਸਭਾ ਲਹਿਰ ਦੇ ਅਸਰ ਹੇਠ ਹੀ ਤੁਰੀ, ਜਿਸ ਦੀ ਮੋਹਰ ਉਹਨਾਂ ਦੀਆਂ ਲਿਖਤਾਂ ਉੱਤੇ ਥਾਂ ਪੁਰ ਥਾਂ ਲੱਗੀ ਹੋਈ ਪਾਈ ਜਾਂਦੀ ਹੈ। ਮਿਸਟਰ ਐਮ.ਕੇ. ਮਕਾਲਫ ਨੇ ਭਾਈ ਕਾਨ ਸਿੰਘ ਜੀ ਦੀ ਵਿਦਵਤਾ ਨੂੰ ਪਛਾਣਦਿਆਂ ਗੁਰਬਾਣੀ ਦੀ ਖੋਜ ਸੰਬੰਧੀ ਆਪਣਾ ਪ੍ਰੇਮ ਜ਼ਾਹਿਰ ਕਰਕੇ ਭਾਈ ਕਾਨ ਸਿੰਘ ਤੋਂ ਕੁਝ ਪੜ੍ਹਨ ਦੀ ਮਹਾਰਾਜਾ ਹੀਰਾ ਸਿੰਘ ਤੋਂ ਇਜਾਜ਼ਤ ਲੈ ਲਈ। ਇਸ ਲਈ ਆਪ 4 ਮਹੀਨੇ ਉਹਨਾਂ ਕੋਲ ਰਾਵਲਪਿੰਡੀ ਠਹਿਰੇ। ਮਿਸਟਰ ਮਕਾਲਫ ਨੇ ਆਪ ਜੀ ਤੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਪੜ੍ਹਿਆ। ਸੰਨ 1907 ਵਿੱਚ ਲਗਭਗ 15 ਸਾਲ ਦੀ ਮਿਹਨਤ ਤੋਂ ਬਾਅਦ ਮਕਾਲਫ ਦੀ ਪੁਸਤਕ ਸਿੱਖ ਧਰਮ ਵਲੈਤੋਂ ਪ੍ਰਕਾਸ਼ਿਤ ਹੋਈ, ਜਿਸ ਦੇ ਹੱਕ ਉਸ ਨੇ ਸ਼ੁਕਰਾਨੇ ਵਜੋਂ ਹਮੇਸ਼ਾ ਵਾਸਤੇ ਭਾਈ ਕਾਨ ਸਿੰਘ ਜੀ ਨੂੰ ਹੀ ਲਿਖ ਕੇ ਦੇ ਦਿੱਤੇ। ਮਕਾਲਫ ਸਾਹਿਬ ਦੀ ਦਿਲੀ ਚਾਹ ਸੀ ਕਿ ਆਪ ਜੀ ਲੰਡਨ ਵਿੱਚ ਰਹਿ ਕੇ ਸਿੱਖ ਧਰਮ ਦੇ ਸਾਹਿਤ ਬਾਰੇ ਖੋਜ ਕਰਨ, ਇਸ ਲਈ ਉਹਨਾਂ ਨੇ ਆਪਣੇ 2 ਮਕਾਨਾਂ ਵਿੱਚੋਂ 1 ਮਕਾਨ ਦੇਣਾ ਚਾਹਿਆ, ਪਰ ਉੱਤਰ ਇਨਕਾਰ ਦੇ ਰੂਪ ਵਿੱਚ ਮਿਲਿਆ। ਆਪ ਜੀ ਦੇ ਇਸ ਪਰਮ ਸੁਨੇਹੀ ਮਕਾਲਫ ਦਾ ਦੇਹਾਂਤ ਸੰਨ 1913 ਈਸਵੀ ਵਿੱਚ ਹੋਇਆ। ਪ੍ਰੋਫੈਸਰ ਗੁਰਮਨ ਸਿੰਘ ਅਤੇ ਮਿਸਟਰ ਐਮ.ਏ. ਮਕਾਲਫ ਨੂੰ ਸਹਾਇਤਾ ਦੇਣ ਤੋਂ ਬਿਨਾਂ ਗਿਆਨੀ ਦਿੱਤ ਸਿੰਘ ਸੰਪਾਦਕ ਖਾਲਸਾ ਅਖਬਾਰ ਲਾਹੌਰ, ਭਗਤ ਲਛਮਣ ਸਿੰਘ ਰਾਵਲਪਿੰਡੀ, ਸਰਦਾਰ ਜਵਾਹਰ ਸਿੰਘ ਜੀ ਆਦਿ ਕਈ ਵਿਦਵਾਨ ਹੋਰ ਵੀ ਸਨ, ਜਿਨ੍ਹਾਂ ਦੀ ਸਹਾਇਤਾ ਲਈ ਭਾਈ ਸਾਹਿਬ ਸਾਹਿਤਕ ਜਾਂ ਸਮਾਜਿਕ ਸੁਧਾਰ ਦੇ ਨੁਕਤਾ ਨਿਗਾਹ ਨਾਲ ਮੌਕਾ ਪੈਣ 'ਤੇ ਕਰਦੇ ਰਹੇ। ਜੋ ਪੁਸਤਕਾਂ ਆਪ ਜੀ ਨੇ ਲਿਖੀਆਂ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਛਪੀਆਂ ਪੁਸਤਕਾਂ ਰਾਜ ਧਰਮ, ਹਮ ਹਿੰਦੂ ਨਹੀਂ, ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ, ਗੁਰਸ਼ੰਤ ਦਿਵਾਕਰ, ਗੁਰਸ਼ਬਦ ਅਲੰਕਾਰ, ਰੂਪਦੀਪ ਪਿੰਗਲ, ਸੱਦ ਪਰਮਾਰਥ ਤੋਂ ਇਲਾਵਾ ਹੇਠ ਲਿਖੀਆਂ ਪੁਸਤਕਾਂ ਖਾਸ ਹਨ। ਗੁਰਸ਼ਬਦ ਰਤਨਾਗਰ ਮਹਾਨ ਕੋਸ਼, ਇਸ ਨੂੰ ਅਸੀਂ ਭਾਈ ਸਾਹਿਬ ਜੀ ਦੀ ਸਭ ਤੋਂ ਵੱਡੀ ਹੁਨਰ ਕਿਰਤ ਕਹਿ ਸਕਦੇ ਹਾਂ।
लगभग 14 वरिया की कठिन कालना नाल यह महान ग्रंथ 1926 विच पूरा होया ते सन 1930 विच दरबार पटियाला वालों छप के प्रकाशित होया। यह ग्रंथ कुल 3388 सफियां दीआं वड्डियां वड्डियां चार जिल्दां विच तैयार होया। गुरमत मारतांड, इस विच गुरमत प्रभाकर, गुरमत सुधाकर ते गुरगिरा कसौटी ये तिने पुस्तकां नवां रूप दे के शामिल कीतियां गईयां हन। ये पुस्तक हुण श्रोमणी गुरद्वारा प्रबंधक कमेटी अमृतसर छाप रही है। गुरमहिमा संग्रह, इस विच पुराणियां हाथ लिखित पुस्तकां दे आधार ते बहुत सारे हिंदी ते पंजाबी कवियां दे जीवन ते उहनां दी कविता दे गुरमहिमा दे नाल संबंध रखदे नमूने दिते गए हन। अनेक कोश ते नाम वाला कोश, यह अष्ट छाप दे प्रसिद्ध कवि नंद दास दे हिंदी शब्द कोश हन जो पहली बार गुरमुखी अखरां विच छप के साडे सामने आए हन। इस दा पहला कोश सन 1924 विच छपिया सी ते दूजा सन 1938 विच। भाई साहब ने यह कोश किवें सोधे फिर संपादक करके छापे, यह हुनर इन्हां दोहां कोशां विचों साडे नवें संपादकां लई देखण योग है। अणछपियां पुस्तकां, गुरगिरा कसौटी, पहाड़ यात्रा, वलायत यात्रा, धार्मिक सुधार। सन 1905 विच दरबार साहब अमृतसर दीआं परिक्रमा विचों बुत प्रस्ती सिंघ सभीए हटाउणा चाहुंदे सन ते सनातनी ख्यालां दे सिख उहनां दे इस ख्याल दे उल्ट सन। आखर सवाल मिस्टर किंग डिप्टी कमिश्नर कोल गया ते भाई साहब दी बुत प्रस्ती तों विरुद्ध दित्ती राय करके दरबार साहब दी परिक्रमा विचों सब बुत हुक्मन उठाए गए। विद्यक खिदमतां नूं मुख रख के चीफ खालसा दीवान अमृतसर वालों भाई कान सिंह जी नूं 3 अप्रैल 1931 नूं अमृतसर हो रही सिख एजुकेशनल कानफ्रेंस दे प्रधान थापिया। इस कानफ्रेंस समय आप जी दा प्रधानगी भाषण बहुत विद्वता भरपूर सी। सन 1930 तों 1938 तक लगभग 8 साल भाई कान सिंह जी दी जिंदगी दे छेकड़ले साल हन। इन्हां सालां विच आप ने गुरमत मारतांड, गुरमहिमा संग्रह आदि चार कु पुस्तकां लिखियां ते गुर शब्द रत्नागर महान कोश दी दुबारा सुधाई कीती। इस सुधाई विच जो वादे आप ने कीते वह अंतका दे रूप विच इस कोश के अंत विच जोड़ दिते गए हन। 27 नवंबर 1936 नूं छोटे भाई बिशन सिंह जी कुछ दिन बीमार रह के गुरपुरी सुधार गए। इस तों कोई 7 महीने पिछों 17 जून 1937 नूं भाई मीहा सिंह जी भी गुरपुरी सुधार गए। भाई मीहा सिंह दे चलाने तों 1 साल 5 महीने बाद अचानक सदीवी सदा आउण ते भाई कान सिंह जी भी 70.5 साल की उम्र विच 23